ਕਈ ਵਾਰ ਸਾਡੇ ਘਰ ਦੇ ਅੰਦਰ ਹੀ ਕੁਝ ਅਜੀਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਸਾਨੂੰ ਲਾਭ ਹੀ ਲਾਭ ਮਿਲਦੇ ਨੇ ਗੱਲ ਕੀਤੀ ਜਾਵੇ ਜੇਕਰ ਲਾਲ ਮਿਰਚਾਂ ਦੀ ਤਾਂ ਲਾਲ ਮਿਰਚਾਂ ਹਰ ਘਰ ਦੀ ਰਸੋਈ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ ਲਾਲ ਮਿਰਚਾਂ ਦੀ ਵਰਤੋਂ ਜਿੱਥੇ ਖਾਣੇ ਦਾ ਸੁਆਦ ਵਧਾਉਣ ਲਈ ਆਮ ਤੌਰ ਤੇ ਕੀਤੀ ਜਾਂਦੀ ਹੈ ਉੱਥੇ ਨੇ ਆ ਲਾਲ ਮਿਰਚਾਂ ਦੇ ਐਨੇ ਸਾਦੇ ਫਾਇਦੇ ਨੇ ਜਿਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਈ ਵਾਰ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਵੀ ਘਰ ਦੇ ਵਿੱਚ ਨਾਕਾਰਾਤਮਕ ਊਰਜਾ ਦਾ ਵਾਸਾ ਹੈ ਯਾ ਫਿਰ ਕਹਿ ਲੋ ਤਨ ਬਿਨ ਗੱਲ ਤੋਂ ਹੀ ਖਰਚ ਹੁੰਦਾ ਚੰਦਾ ਆਪਾਂ ਕਈ ਲੋਕਾਂ ਦੇ ਮੂੰਹੋਂ ਇਹ ਸੁਣਿਆ ਹੋਵੇਗਾ ਵੀ ਸਾਡੇ ਘਰਾਂ ਨਾਲ ਲੋਕ ਬਿਮਾਰ ਹੀ ਰਹਿੰਦੇ ਨੇ ਇੱਕ ਮੰਜੇ ਤੋਂ ਉੱਠਦਾ ਦੂਜਾ ਪੈ ਜਾਂਦਾ ਆਪਣੇ ਵੱਡੇ ਵੱਡੇ ਰਿਖਾ ਕਰਦੇ ਸੀ ਵੀ ਨજર ਤਾਂ ਪੱਥਰ ਵੀ ਪਾੜ ਦਿੰਦੀ ਤੇ ਹੋਰ ਵੀ ਕਈ ਤਰ੍ਹਾਂ ਦੀ ਜੀਵਨ ਵਿੱਚ ਮੁਸ਼ਕਿਲਾਂ ਲੈ ਆਉਂਦੀ ਤਾਂ ਉੱਥੇ ਮੇਜ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਨੂੰ ਇਹ ਸਭ ਵਿੱਚੋਂ ਬਾਹਰ ਕੱਢ ਸਕਦਾ ਹੈ ਕਰਨਾ ਕੀ ਹੈ ਵੀ ਆਪਾਂ ਆਮ ਕਰਕੇ ਆਪਣੇ ਘਰਾਂ ਵਿੱਚ ਵੇਖਿਆ ਹੋਏਗਾ ਆਪਣੀ ਦਾਦੀਆਂ ਨਾਨੀਆਂ ਨੂੰ ਵੀ ਉਹ ਸੱਤ ਮਿਰਚਾਂ ਡੰਡੀ ਵਾਲੀਆਂ ਲੈ ਕੇ ਜਿਸ ਨੂੰ ਵੀ ਐਵੇਂ ਹੁੰਦਾ ਸੀ ਬੱਚਾ ਬੇਨਗਲ ਤੋਂ ਰੋਈ ਜਾ ਰਿਹਾ ਜਾਂ ਕਿਸੇ ਨੂੰ ਨજર ਲੱਗੀ ਹੈ ਤਾਂ ਉਹਨੂੰ ਸੱਤ ਵਾਰ ਵਾਰ ਕੇ ਤਾਂ ਉਸ ਨੂੰ ਬਲ ਦੀ ਅੱਗ ਦੇ ਵਿੱਚ ਸੱਟ ਦਿੰਦੇ ਸੀ ਕਹਿੰਦੇ ਜਿਵੇਂ ਜਿਵੇਂ ਇਹ ਅੱਗ ਵਿੱਚ ਬਲਣ ਗਿਆ ਓਵੇਂ ਓਵੇਂ ਨજર ਉਤਰ ਜਾਏਗੀ ਤੇ ਬੱਚਾ ਜਿਹੜਾ ਰੋਣਾ ਬੰਦ ਕਰ ਜਾਏਗਾ ਇਆ ਫਿਰ ਕਹਿੰਦੇ ਹੁੰਦੇ ਸੀ ਵੀ ਕੋਈ ਨਵੀਂ ਸ਼ੈ ਲੈ ਕੇ ਆਓ ਤਾਂ ਜਦੋਂ ਆਪਾਂ ਲੈ ਕੇ ਆਉਂਨੇ ਆ ਤਾਂ ਕਿਸੇ ਦੀ ਨਿਗਾ ਵਿੱਚ ਚੜ ਜਾਂਦੀ ਹੈ ਜਿਸ ਦੇ ਨਾਲ ਫਿਰ ਉਹਦੀ ਆਪਾਂ ਨੂੰ ਲਾਪਨੀ ਮਿਲਦਾ ਤੇ ਜਦੋਂ ਵੀ ਨਵੀਂ ਚੀਜ਼ ਲੈ ਕੇ ਆਓ ਤੇ ਕਹਿੰਦੇ ਹੁੰਦੇ ਸੀ ਉਤੋਂ ਮਿਰਚਾਂ ਬਾਹਰ ਤੋਂ ਤੇ ਇਹਦੇ ਨਾਲ ਘਰੋ ਜੋ ਵੀ ਉਹ ਨਕਾਰਾਤਮਕ ਊਰਜਾਵਾਂ ਨੂੰ ਲੱਗੀ ਹੋਵੇ ਕਿ ਉਹ ਦੂਰ ਹੋ ਜਾਵੇਗੀ ਇਹ ਵਾਕ-ਵਾਕ ਲੋਕੀ ਵਾਕ-ਵਾਕ ਧਾਰਨਾਵਾਂ ਹਜੇ ਵੀ ਮੰਨਦੇ ਨੇ ਤੀਨਾਂ ਤੇ ਵਿਸ਼ਵਾਸ ਵੀ ਕਰਦੇ ਨੇ ਤੇ ਉਹ ਇਹਨਾਂ ਤੋਂ ਅਸਰ ਦਿਨਾਂ ਦੇ ਫਾਇਦੇ ਵੀ ਲੈਂਦੇ ਨੇ ਲਾਲ ਮਿਰਚਾਂ ਵਿੱਚ ਕਹਿੰਦੇ ਬਹੁਤ ਜ਼ਿਆਦਾ ਸਕਾਰਾਤਮਕ ਸ਼ਕਤੀ ਹੁੰਦੀ ਹੈ ਜੋ ਆਸ-ਪਾਸੇ ਵੀ ਸਕਾਰਾਤਮਕਤਾ ਮਾਹੌਲ ਬਣਾ ਦਿੰਦੀ ਹੈ ਜੋ ਨਾਕਰਤਮਕ ਊਰਜਾ ਨੂੰ ਆਪਣੇ ਅੰਦਰ ਸੋਖ ਲੈਂਦੀ ਜੇਕਰ ਘਰ ਵਿੱਚ ਕਹਿੰਦੇ ਪਰੇਸ਼ਾਨੀਆਂ ਕਲਾ ਕਲੇਸ਼ ਆ ਨਾ ਤੇ ਘਰ ਦੇ ਬਾਹਰ ਮਿਰਚਾਂ ਜ਼ਰੂਰ ਲਗਾਓ ਬਈ ਕੁਝ ਜਿਵੇਂ ਆਪਾਂ ਕੋਈ ਮੋਟਾ ਹੁੰਦਾ ਹੈ ਡਾਕਟਰ ਉਹਨੂੰ ਕਹਿੰਦਾ ਹੈ ਨਾ ਵੀ ਹਰੀ ਮਿਰਚ ਖਾਇਆ ਕਰੋ ਕਿਉਂਕਿ ਹਰੀ ਮਿਰਚ ਵਿੱਚ ਐਵੇਂ ਹੁੰਦਾ ਹੈ ਵੀ ਮਿਰਚਾਂ ਖਾਇਆ ਕਰੋ ਤੇ ਹਰੀਆਂ ਹੀ ਖਾਇਆ ਕਰੋ ਉਹਨਾਂ ਚ ਕੀ ਹੁੰਦਾ ਹੈ ਵੀ ਜਿਹੜੀਆਂ ਮਿਰਚਾਂ ਹੁੰਦੀਆਂ ਨੇ ਨਾ ਉਹ ਕਿਸੇ ਵੀ ਚੀਜ਼ ਨੂੰ ਛੇਤੀ ਆਪ ਹੀ ਖਾਨ ਲੱਗ ਜਾਂਦੀਆਂ ਨੇ ਭਾਵ ਉਹਨੂੰ ਸੁੱਖਣ ਲੱਗ ਜਾਂਦੀਆਂ ਨੇ ਤੇ ਜਿਹੜੇ ਮੋٹے ਲੋਕ ਹੁੰਦੇ ਨੇ ਜਦੋਂ ਮਿਰਚਾਂ ਖਾਂਦੇ ਨੇ ਤੇ ਉਹਦੀ ਜਿਹੜੀ ਚਰਬੀ ਹੈ ਨਾ ਉਹ ਗਲਣ ਲੱਗ ਜਾਂਦੀ ਹੈ ਭਾਵ ਉਹ ਪਤਲਾ ਹੋਣਾ ਆਰੰਭ ਹੋ ਜਾਂਦਾ ਹੈ ਇਸ ਕਰਕੇ ਇਹਦੇ ਵਿੱਚ ਇੰਨੀ ਤਾਕਤ ਹੈ ਕਿ ਆਸ-ਪਾਸੇ ਦੀ ਊਰਜਾ ਨੂੰ ਇਹ ਸੋਖ ਲੈਂਦੀ ਹੈ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਕੰਮ ਲਈ ਜਾ ਰਹੇ ਹੋ ਤੁਹਾਨੂੰ ਉਹਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਤਾਂ ਤੁਸੀਂ ਕੀ ਕਰਨਾ ਹੈ ਵੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕੁਝ ਲਾਲ ਮਿਰਚਾ ਟੰਗ ਦਿਓ ਐਵੇਂ ਕਰਨ ਦੇ ਨਾਲ ਕਹਿੰਦੇ ਸਾਰੀ ਨਾਕਾਰਾਤਮਕ ਊਰਜਾ ਸੋਖੀ ਜਾਂਦੀ ਹੈ ਤੇ ਨਿਸ਼ਚਿਤ ਰੂਪ ਵਿੱਚ ਵੀ ਤੁਹਾਨੂੰ ਸਫਲਤਾ ਮਿਲਦੀ ਪਰ ਵਿਗਿਆਨ ਕਹਿੰਦਾ ਹੈ ਕਿ ਜੇਕਰ ਤੁਸੀਂ ਆਪਣੇ ਬੂਏ ਕਿ ਮਿਰਚਾ ਟੰਗਦੇ ਹੋ ਤੇ ਇਹਦਾ ਪਾਵ ਹੈ ਕਿ ਇਸ ਐਸਿਡ ਹੁੰਦਾ ਹੈ ਤੇ ਜੋ ਅੰਦਰ ਕੀੜੇ ਮਕੌੜਿਆਂ ਨੂੰ ਆਉਣ ਤੋਂ ਰੋਕਦਾ ਹੈ ਕਹਿੰਦੇ ਜੇਕਰ ਕੋਈ ਮਰੀਜ਼ ਪੜਾ ਜਾਂਦਾ ਬਿਮਾਰ ਹੈ ਉੱਥੇ ਨਿਰਿਆ ਤੇ ਕਹਿੰਦੇ ਉੱਥੇ ਰੋਜ਼ ਮਿਰਚਾਂ ਵਾਰ ਕੇ ਤੇ ਉਹਨੂੰ ਤੁਹਾਡੇ ਜਿੱਥੇ ਵੀ ਚੁੱਲ੍ਹਿਆ ਉਹਦੇ ਵਿੱਚ ਸੱਟੋ ਐਵੇਂ ਕਰਨ ਦੇ ਨਾਲ ਹੌਲੀ-ਹੌਲੀ ਉਸ ਤੇ ਅਸਰ ਹੋਣਾ ਆਰੰਭ ਹੋ ਜਾਏਗਾ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ਤੁਹਾਨੂੰ ਪੈਸੇ ਵਿੱਚ ਕਿਸੇ ਤਰ੍ਹਾਂ ਦੀ ਸਫਲਤਾ ਨਹੀਂ ਮਿਲ ਰਹੀ ਕੋਈ ਆਰਥਿਕ ਪਰੇਸ਼ਾਨੀ ਹੈ ਤੇ ਕਹਿੰਦੇ ਤੁਸੀਂ ਇੱਕ ਦੀਵਾ ਜਗਾ ਕੇ ਤੇ ਉਹਦੇ ਵਿੱਚ ਇੱਕ ਲਾਲ ਮਿਰਚ ਜ਼ਰੂਰ ਰੱਖ ਦਿਓ ਜਿਵੇਂ ਜਿਵੇਂ ਉਹ ਮਿਰਚ ਸੜੇਗੀ ਓਵੇਂ ਓਵੇਂ ਜੋ ਵੀ ਰੁਕਾਵਟਾਂ ਸਨ ਜੋ ਵੀ ਦਿੱਕਤਾਂ ਸਨ ਉਹ ਹੌਲੀ ਹੌਲੀ ਦੂਰ ਹੋ ਜਾਣਗੀਆਂ ਤੇ ਹਰ ਪਾਸੋਂ ਪੈਸੇ ਦਾ ਲਾਭ ਆਏਗਾ ਇਹ ਵੱਖ-ਵੱਖ ਲੋਕਾਂ ਦੀ ਵੱਖ-ਵੱਖ માનਤਾਵਾਂ ਬਹੁਤ ਸਾਰੇ ਲੋਕ ਅੱਜ ਵੀ ਇਹਨਾਂ ਨੂੰ ਮੰਨਦੇ ਨੇ ਤੇ ਇਹਨਾਂ ਤੋਂ ਲਾਭ ਉਠਾਉਂਦੇ ਨੇ ਉਹ ਕਹਿੰਦੇ ਕਿ ਇਹ ਜੋ ਟੋਟਕੇ ਨੇ ਇਹ ਬਹੁਤ ਜ਼ਿਆਦਾ ਕਾਰਗਰ ਨੇ